हेलो गाइस, सत श्री अकाल, अशोका नमस्कार, नमस्कार, अस्सलाम अस्सलाम वालेकुम वालेकुम एंड एंड वेलकम वेलकम बैक बैक टू टू आवर आवर यूट्यूब यूट्यूब चैनल चैनल लकी लकी आर आर यू यू लॉक। लॉक। मैं हाँ लकी, मैं हाँ तुहाड़ा अपना विक्रमजीत सिंह। ते बड़े दिनों बाद हाजिर होए हाँ एक नवी रिएक्शन वीडियो ला के लैके। एक्चुअली मैं गया सी आउट ऑफ स्टेशन, ते इस करके वीडियो शूट नहीं कर पाए, ते उनके वास्ते एक्सट्रीमली सॉरी। ते अज दोबारा तो फिर कम ते आप आ गए हाँ। ते कम अज जो वीडियो है वो हैगी है कलाम मोहम्मद बूटा गुजराती आवाज़ विच। सो बड़ी ही अमेजिंग वीडियो होने वाली, क्योंकि कलाम जो होंगे ने सारे ही वैसे इन्हां दे वधिया कलाम होंगे ने। असी इन्हां दे पहले भी वीडियोस काफी कीतियां ने, शायद एहसान अल्लाह एक दो वीडियो वरिश कीतियां शाह, शायद है पहले। ना। हाँ जी, ते काफी अच्छे इन्हां दे कलाम होंगे ने। ते आपां जरा समय ना खराब करते हुए मेन मुद्दे की गल करने आ, सुनने आ इन्हां दा कलाम। ते करदे हां असी वीडियो नूं स्टार्ट। ते उस तों पहला तुसी जे नवे हो साडे चैनल ते गाइस जरूर बैल आइकन भी प्रेस करो, ते पहले सब्सक्राइब करो ते बाद च बैल आइकन भी प्रेस करो ताकि साडे वीडियोस दे नोटिफिकेशन तुहानू मिल जाए टाइम टू टाइम। ते करदे हां असी वीडियो नूं स्टार्ट। वीडियो बनाने तो पहला थोड़ा जिहा तारफ तुहानू करा लईए। ऐ साडा मामे दा पुत्तर बिशारत महकमा सेहत विच मुलाजम है, ते ऐ छोटा बच्चा मोहम्मद उस्मान। ਇਹੀ ਪੜ੍ਹਿਆ ਲਿਖਿਆ ਇਹ ਨਹੀਂ ਆ ਵਕਤ ਕਰਕੇ ਤੇ ਤੁਹਾਡੇ ਤੀਕਰ ਆ ਵੀਡੀਓ ਪਹੁੰਚਾਈਏ, ਨਹੀਂ ਤਾਂ ਵੀਡੀਓ ਇੱਥੇ ਡੇਰੇ ਦੁਆਲੇ ਦੀ ਰਹੀਆਂ ਰਹਿੰਦੀਆਂ ਹਨ। ਅਗਰ ਕੋਈ ਤੋਰਨਿਆ ਨਾ ਹੋਵੇ ਤਾਂ ਕਿੱਥੇ ਜਾਣੀਆਂ ਹੁੰਦੀਆਂ ਨੇ। ਅਤੇ ਕੁਝ ਫਰਮਾਇਸ਼ੀ ਪ੍ਰੋਗਰਾਮ ਹੈ, ਥੋੜ੍ਹਾ ਜਿਹਾ ਫਰਮਾਇਸ਼ ਆਈ ਸੀ ਯਾਰਾਂ ਦੋਸਤਾਂ ਦੀ ਵੀ ਮੁਹੰਮਦ ਬੂਟੇ ਦੇ ਦੋ ਚਾਰ ਸ਼ੇਰ ਜਿਹੜੇ ਨੇ ਨਾ ਉਹ ਸਾਨੂੰ ਸੁਣਾਓ। ਅਤੇ ਵੀਡੀਓ ਬਣਾਉਣ ਤੋਂ ਪਹਿਲਾਂ ਪਹਿਲਾ ਸ਼ੇਰ ਤਾਂ ਆਪਣੇ ਬੇਟੇ ਦਾ ਆਬਦ ਦਾ, ਦੂਜਾ ਸ਼ੇਰ ਜਿਹੜਾ ਕਾਰੀ ਸਾਹਿਬ ਵਰੀ ਆਉਂਦੇ ਨੇ ਮੁਲਤਾਨ ਆਏ ਵੀ ਸਾਡਾ ਬਾਈ ਹੋਣਾ ਚਾਹੀਦਾ, ਉਸ ਤੋਂ ਬਾਅਦ ਫਿਰ ਚਲੋ ਮੀਆਂ ਮਾਉਂਦੇ ਬੂਟੇ ਦੇ ਹੋ ਜਾਣ। ਜੇ ਮੈਂ ਵੇਖਾਂ ਤੇ ਉਹ ਵੇਖੇ ਨਹੀਂ, ਜੇ ਮੈਂ ਨਾ ਵੇਖਾਂ ਤੇ ਉਹ ਵੇਖੇ, ਉਹ ਕਿੱਥੋਂ ਐਡੀ ਕਿਸਮਤ ਲਿਆਵਾਂ ਮੇਰੇ ਵੇਖਣ ਦੇ ਵਿੱਚ ਵੇਖੇ। ਤੇ ਯਾਰ ਤੇਰਾ ਤੇਰੇ ਅੰਦਰੇ ਰਹਿੰਦਾ, ਉਹ ਤੈਨੂੰ ਐਵੇਂ ਭੈਣ ਭਲੇਖੇ। ਯਾਰ ਫਰੀਦਾ ਬੂਏ ਯਾਰ ਦੇ ਮਰੀਏ, ਉਹ ਵੇਖੇ ਯਾਰ ਨਾ ਵੇਖੇ। ਆਵਾਜ਼ ਬਹੁਤ ਸ਼ਾਨਦਾਰ ਹੈ, ਦਮ ਹੈ। ਨਹੀਂ ਆਇਆ ਮੇਰਾ ਦਿਲ ਭਰ ਮਾਹੀ, ਆਇਆ ਮੈਂ ਬੋਲ ਨਾ ਝੂਠਿਆ ਕਾਵਾ, ਤੂੰ ਝੂਠਾ ਤੇਰੇ ਬੋਲ ਵੀ ਝੂਠੇ। ਤੈਨੂੰ ਤਾੜੀ ਮਾਰ ਉਡਾਵਾਂ, ਤੇ ਜੇ ਪੱਕੀ ਖਬਰ ਮਿਲਣ ਦੀ ਦੇਵੇ, ਉਹ ਤੈਨੂੰ ਕੁੱਟ ਕੁੱਟ ਚੂਰੀਆਂ ਪਾਵਾਂ। ਆ ਸਰਦਾਰ ਕਰ ਜਾ ਦੀਦਾ, ਕਿਤੇ ਰੋਂਦੀ ਨਾ ਮਰ ਜਾਵਾਂ। ਤੇ ਜੀਮ ਜੋ ਕੀਤਾ ਕੀਤਾ ਅੱਖੀਆਂ ਨੇ, ਉਹ ਅੱਖੀ ਬੁਰੇ ਫਸਾਦ ਕਰਾਉਂਦੀਆਂ ਨੇ, ਅੱਖੀ ਕੱਢ ਕੇ ਬਲਖ ਬਹਾਰ ਵਿੱਚੋਂ ਆਣ ਸ਼ਹਿਰ ਗੁਜਰਾਤ ਪਹੁੰਚਾਉਂਦੀਆਂ ਨੇ। ਤੇ ਉੱਥੇ ਵਾਂਗ ਮੁਸਾਫਰਾਂ ਪਾਰ ਲੱਦੇ, ਉਹ ਅੱਖੀ ਪਲ ਦੇ ਵਿੱਚ ਲੁੱਟਾਂਦੀਆਂ ਨੇ। ਮੁਹੰਮਦ ਬੂਟਿਆ ਅੱਖਾਂ ਦਾ ਵਣਜ ਡਾਡਾ,
गली गली दा कूड़ा उजांदियां तहसीन सरां पंछियां उड जाना ओ खाली पिंजरे नाल दीवार रह गए कालिया बागा विचू उड गई कोल काली ओ तीर कस दे मेर शिकार रह गए ते जट्टी साबानू ले गया खान मिर्जा ओ रंगे दाज ते परे पटार रह गए सन मार के बूटिया चोर लागे ओ गलियां विच फिर दे परदार रह गए ते क्याफ कदे तू कौल करार करे पक्के ओ कदे वादे खिलाफियां यार करने कदे नरम जुबान नाल पेश आवे ओ कदे डाडे नैना दीवार करने क्या बात है क्या ते जदू तंग करने डाडा तंग करने ओ जदू प्यार करना बेशमार करना इस गल दी बूटिया नहीं समझ आई होरे कियो जा मेरे नाल प्यार करना ए साडा छोटा भाई लियाकत अली ए भी डेरे साडे नालों नाल ही ने 21 किले ਵਿੱਚ ਜਿਹੜੇ ਹੋਇਆ ਸਾਡਾ ਤੇ ਉਹਨਾਂ ਦਾ ਤੋਂ ਵੇਖ ਕੇ ਤੇ ਉਹ ਵੀ ਆ ਗਿਆ ਮੈਂ ਕਿਹਾ ਚੱਲ ਬਹਿ ਜਾ ਤੇਰੀ ਵੀ ਵੀਡੀਓ ਬਣ ਜਾ ਚਾਰ ਭਾਈ ਸਾਹਿਬ ਵੱਡੇ ਦਾ ਨਾਮ ਨੈਤੁੱਲਾ ਉਹਨਾਂ ਤੋਂ ਛੋਟੇ ਦਾ ਨਾਮ ਦੈਤੁੱਲਾ ਪਹਿਲਵਾਨ ਸੀ ਤੇ ਉਹਨਾਂ ਤੋਂ ਨਿੱਕਾ ਅਸਾਨੁੱਲਾ ਭਾਈ ਹੋਰੀ ਨੇ ਜਿਹੜੇ ਤੇ ਸਾਰਿਆਂ ਤੋਂ ਛੋਟਾ ਲਿਆਕਤ ਅਲੀ ਭਾਈ ਹੋਰੀ ਆਰਮੀ 'ਚੋਂ ਰਿਜ਼ਰਵ ਨੇ ਰਿਟਾਇਰ ਨੇ ਤੇ ਡੇਰੇ 'ਚ ਆਪਣਾ ਮੱਝਾਂ ਕੁਠਾਰਾਂ ਵੀ ਰੱਖੀਆਂ ਨੇ ਕਾਰੋਬਾਰ ਆਪਣਾ ਕਰਦੇ ਨੇ ਤੇ ਲਾਮ ਲੱਗੀ ਤੇ ਕਦਰ ਮਲੂਮ ਉਹ ਵੀ ਉਹ ਕਿਵੇਂ ਕਿਸੇ ਦੇ ਤਨ ਨੂੰ ਲਾਈ ਦੀਏ ਲੱਗ ਜਾਏ ਤੇ ਰੱਖੀਏ ਸਿਦਕ ਸਾਬਰ ਉਹ ਲੱਗੀ ਤੋੜਨ ਬਾਮਣੀ ਚਾਹੀਦੀਏ ਤੇ ਜਿਹੜਾ ਦਰ ਤੇ ਆਣ ਬਿਮਾਰ ਡਿੱਗੇ ਉਹ ਦੁਆ ਉਸ ਨੂੰ ਦੇਵਣੀ ਚਾਹੀਦੀ ਹੈ ਭੁੱਲਣ ਯਾਰ ਬੂਟਿਆ ਜੱਗ ਸਾਰਾ ਉਹ ਭੁੱਲ ਯਾਰ ਨੂੰ ਬਖਸ਼ਣੀ ਚਾਹੀਦੀ ਹੈ ਤੇ ਲਾਮ ਲਾਮਣੀ ਪ੍ਰੀਤ ਜੈ ਸਿੱਖਿਆਈ ਉਹ ਲਾ ਕੇ ਤੋੜਨ ਬਾਮਣੀ ਸਿੱਖਣੀ ਸੀ ਉਹ ਸਿੱਖਿਆਈ ਆਸ਼ਿਕਾਂ ਸੀਨੇ ਜ਼ਖਮ ਕਰਨਾ ਉਹ ਕਿਧਰੋਂ ਮਲਮ ਵੀ ਲਾਮਣੀ ਸਿੱਖਣੀ ਸੀ ਤੇ ਸਿੱਖਿਆ ਨਾਲ ਜਦਾਈ ਦੇ ਸਾੜ ਦੇਣਾ ਉਹ ਕਿਧਰੋਂ ਠੰਡ ਵੀ ਪਾਵਣੀ ਸਿੱਖਣੀ ਸੀ ਉਹ ਸਿੱਖਿਆ ਬੂਟਿਆ ਮਾਰਫ ਨਾ ਕਰਨਾ ਉਹ ਕਿਧਰੋਂ ਜਿੰਦ ਵੀ ਪਾਵਣੀ ਸਿੱਖਣੀ ਸੀ ਤੇ ਜ਼ੋਏ ਜ਼ੁਲਮ ਹੋਇਆ ਆਖਣ ਨਾਲ ਯੂਸਫ ਉਹ ਪਾਈਆਂ ਖੂਹ ਦੇ ਵਿੱਚ ਵਗਾਇਆ ਸੀ
ਉੱਥੇ ਗੱਲ ਕੁਝ ਔਰ ਦੀ ਔਰ ਆਈ ਉਹ ਪਾਈਆਂ ਮੁਫਤ ਆਲਾਂਬੜਾ ਆਇਆ ਸੀ ਤੇ ਕਰਕੇ ਕਸ਼ਫ ਜ਼ਲਾਖਾ ਦੇ ਮਿਲਣੇ ਦੀ ਓਏ ਉੱਥੇ ਇਸ਼ਕ ਨੇ ਖੋਜ ਵਿਖਾਇਆ ਸੀ ਮਮਦ ਬੂਟਿਆ ਖੂਹੇ ਥੀ ਕੱਢ ਯੂਸਫ ਉਹ ਵਿੱਚ ਮਿਸਰ ਬਾਜ਼ਾਰ ਵਿਕਾਇਆ ਸੀ ਤੇ ਔਰ ਨਾਨੂੰ ਦੇਵਾਂਗੀ ਮੱਤੀ ਉਹ ਮੈਂ ਤਾਂ ਕੁੱਠੀਆਂ ਇਸ਼ਕ ਮਰੇਲੜੇ ਦੀ ਉਹ ਤੁਰ ਗਿਆ ਜਦੋਕਣਾ ਯਾਰ ਮੇਰਾ ਉਹ ਜਿੰਦ ਨਿਕਲ ਗਈ ਜੇ ਉਸੇ ਵੇਲੜੇ ਦੀ ਪਾਵਾਂ ਉਸੀਆਂ ਕਾਂਗ ਉਡਾਨੀਆਂ ਮੈਂ ਕਰਾਂ ਟੱਬ ਕੀ ਯਾਰ ਦੇ ਮਿਲਣੇ ਦੀ ਭਾਵੇਂ ਬੂਟਿਆ ਵਸੇ ਜਹਾਨ ਸਾਰਾ ਉਹ ਵੇਖਾਂ ਸ਼ਕਲ ਮੈਂ ਯਾਰ ਅਲ ਬਿਲੜੇ ਦੀ ਤੇ ਕਿਆਫ ਕੰਬਲੀ ਸੋਹਣੇ ਯਾਰ ਪਿੱਛੇ ਉਹ ਰੱਦੀ ਗਈਆਂ ਦੀਨ ਸਲਾਮ ਵਿੱਚੋਂ ਉਹ ਚੜੀ ਸ਼ੌਕ ਸ਼ਰਾਬ ਦੀ ਆਣ ਮਸਤੀ ਤੇ ਕਲਮਾ ਕਵਾਂ ਮੈਂ ਕਿਹੜੀ ਜ਼ਬਾਨ ਵਿੱਚੋਂ ਸੋ ਗਾਈਸ ਇਸ ਸੀ ਵੀਡੀਓ ਕਲਾਮ ਮੁਹੰਮਦ ਬੂਟਾ ਗੁਜਰਾਤੀ ਬਹੁਤ ਹੀ ਅਮੇਜ਼ਿੰਗ ਆਵਾਜ਼ ਅਮੇਜ਼ਿੰਗ ਬੁਲੰਦ ਆਵਾਜ਼ ਜਿਵੇਂ ਆਪਾਂ ਕਹਿੰਦੇ ਬੁਲੰਦ ਆਵਾਜ਼ ਉਹ ਆਵਾਜ਼ ਸੀ ਪਿੱਛੇ ਦਾ ਮਾਹੌਲ ਤੁਸੀਂ ਦੇਖੋ ਮਤਲਬ ਥੋੜਾ ਜਿਹਾ ਏਜਡ ਲੱਗ ਰਹੇ ਨੇ ਲੇਕਿਨ ਫਿਰ ਵੀ ਗਲਾ ਇੰਨਾ ਖੁੱਲ ਕੇ ਗਾਇਆ ਹਨਾ ਤੇ ਪਿੱਛੇ ਦਾ ਤੁਸੀਂ ਮਾਹੌਲ ਦੇਖੋ ਪਿੰਡ ਦਾ ਮਾਹੌਲ ਹੈ ਮੱਝਾਂ ਦਾ ਦਿਖਾਈਆਂ ਪਾਣੀ ਚੱਲਦਾ ਪਿਆ ਨਲਕੇ ਨਾਲ ਖੇਤਾਂ 'ਚ ਬੈਠੇ ਨੇ ਨਾਲ ਹੁੱਕਾ ਚੱਲਦਾ ਪਿਆ ਮਤਲਬ ਪ੍ਰੋਪਰ ਟਿਪੀਕਲ ਪੰਜਾਬ ਦਾ ਜੋ ਮਾਹੌਲ ਹੈਗਾ ਨਾ ਉਹ ਮਾਹੌਲ ਇਸ ਵੀਡੀਓ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਕਲਾਮ ਤੇ ਨੋ ਡਾਊਟ ਕਿ ਅਮੇਜ਼ਿੰਗ ਸੀ ਬਹੁਤ ਹੀ ਸ਼ਾਨਦਾਰ ਸੀ ਇੱਕ ਇੱਕ ਜੋ ਪੈਰਾ ਗਾਇਆ ਨਾ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਕਲੀਅਰ ਤੇ ਬੜੀ ਹੀ ਬੁਲੰਦ ਆਵਾਜ਼ ਵਿੱਚ ਗਾਇਆ ਮਤਲਬ ਨਾ ਇੱਦਾਂ ਲੱਗਦਾ ਜੀ ਇੱਕ ਵਾਰੀ ਹੋਰ ਸੁਣਿਆ ਜਾਵੇ ਬਿਲਕੁਲ ਸਹੀ ਗੱਲ ਹੈ ਇੱਦਾਂ ਲੱਗ ਰਿਹਾ ਬਹੁਤ ਵਧੀਆ ਤਰੀਕੇ ਨਾਲ ਬਹੁਤ ਵਧੀਆ ਹੀ ਗਾਇਆ ਬਿਲਕੁਲ ਬਹੁਤ ਗੁਜਰਾਤੀ ਆਵਾਜ਼ ਨੂੰ ਆਪਾਂ ਕਹਿੰਦੇ ਹਾਂ ਨਾ ਜਿਵੇਂ ਟਾਈਟਲ ਵੀ ਹੈਗਾ ਗੁਜਰਾਤੀ ਆਵਾਜ਼ ਮਤਲਬ ਕਿ ਬੁਲੰਦ ਆਵਾਜ਼ ਅਤੇ ਜਿਵੇਂ ਗੁਜਰਾਤ ਆਪਣੇ ਇੰਡੀਆ ਵਿੱਚ ਤਾਂ ਹੈ ਹੀ ਹੈ ਪਾਕਿਸਤਾਨ ਵਿੱਚ ਵੀ ਗੁਜਰਾਤ ਹੈਗਾ ਅਤੇ ਇਹ ਜੋ ਵੀਡੀਓ ਹੈ ਉੱਥੋਂ ਦੇ ਕਿਸੇ ਪਿੰਡ ਦੀ ਵੀਡੀਓ ਮੈਨੂੰ ਲੱਗਦੀ ਹੈ ਹਨਾ ਲੱਗਦੀ ਹੈ ਉੱਥੋਂ ਦੀ ਲੱਗਦੀ ਉੱਥੋਂ ਦੀ ਹੈ ਮਤਲਬ ਪਾਕਿਸਤਾਨ ਦੀ ਹੈ ਇਹਦੇ ਵਿੱਚ ਕੋਈ ਡਾਊਟ ਨਹੀਂ ਗਾ ਬਟ ਗੁਜਰਾਤ ਦੀ ਮੈਨੂੰ ਲੱਗਦੀ ਹੈ ਪਾਕਿਸਤਾਨ ਵਾਲਾ ਜੋ ਗੁਜਰਾਤ ਹੈ ਉਸ ਦੇ ਉਹਦੇ ਕਿਸੇ ਪਿੰਡ ਦੀ ਵੀਡੀਓ ਹੈਗੀ ਹੈ ਅਤੇ ਇਹ ਸੀ ਪਾਕਿਸਤਾਨੀ ਦਾ ਫੋਕ ਮਿਊਜ਼ਿਕ ਜੋ ਆਪਾਂ ਕਹਿੰਦੇ ਹਾਂ ਫੋਕ ਮਿਊਜ਼ਿਕ ਜੋ ਕਿ ਕਲਾਮ ਹੈ ਬਹੁਤ ਹੀ ਅਮੇਜ਼ਿੰਗ ਆਊਟਸਟੈਂਡਿੰਗ ਸੋ ਗਾਈਸ ਇਹ ਸੀ ਸਾਡੇ ਵੱਲੋਂ ਅੱਜ ਦੀ ਰਿਐਕਸ਼ਨ ਵੀਡੀਓ ਆਪਾਂ ਦਿੱਤਾ ਆਪਣਾ ਰਿਐਕਸ਼ਨ ਅਤੇ ਤੁਸੀਂ ਦੱਸੋ ਤੁਹਾਨੂੰ ਕਿਵੇਂ ਦਾ ਲੱਗਿਆ ਸਾਡਾ ਰਿਐਕਸ਼ਨ ਕਮੈਂਟ ਕਰਕੇ ਅਤੇ ਜੇ ਵੀਡੀਓ ਚੰਗੀ ਲੱਗੀ ਅਤੇ ਲਾਈਕ ਜ਼ਰੂਰ ਕਰਕੇ ਜਾਇਆ ਜੇ ਔਰ ਸ਼ੇਅਰ ਵੀ ਕਰ ਦਿਆ ਜੇ ਹੋ ਸਕੇ ਤਾਂ ਤਾਂ ਕਿ ਦੂਸਰਾ ਤੱਕ ਵੀ ਵੀਡੀਓ ਜ਼ਰੂਰ ਪਹੁੰਚੇ ਸਾਡੇ ਥਰੂ ਜਾਂ ਤੁਹਾਡੇ ਥਰੂ ਇੰਸਟਾਗ੍ਰਾਮ ਤੇ ਡੀਮ ਕਰੋ ਤੇ ਨਾਲ ਦੀ ਨਾਲ ਫੋਲੋ ਵੀ ਕਰ ਲਓ ਤੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੀ ਫਰਮਾਇਸ਼ ਉੱਥੋਂ ਦੀ ਪਿੱਕ ਕਰੀਏ ਤੇ ਫਿਲਹਾਲ ਆਪਾਂ ਕਰਦੇ ਹਾਂ ਵੀਡੀਓ ਨੂੰ ਰੈਪ ਤੇ ਮਿਲਦੇ ਹਾਂ ਇੱਕ ਅਗਲੀ ਨਵੀਂ ਵੀਡੀਓ ਟਿਲ ਦੈਨ ਬਾਏ ਬਾਏ ਟੇਕ ਕੇਅਰ।